ਹੈਲੋ ਦੋਸਤੋ ਮੇਰੇ ਇਸ YouTube ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਇਸ ਵਿੱਚ ਆਪਾਂ ਪੰਜਾਬ ਪਟਵਾਰੀ ਨਾਲ ਰਿਲੇਟਡ ਐਗਰੀਕਲਚਰ ਦੇ ਕੁਝ ਕੁਐਸਚਨ ਡਿਸਕਸ ਕਰਾਂਗੇ ਸੋ ਸਾਰੇ ਕੁਐਸਚਨ ਵੇਖਣ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਅਤੇ ਸਾਡੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਹੈ ਸੌਣੀ ਫਸਲਾਂ ਡੈਸ਼ ਦੇ ਮੌਸਮ ਵਿੱਚ ਬੀਜਿਆ ਜਾਂਦੀਆਂ ਹਨ ਇਹਨਾਂ ਨੇ ਚਾਰ ਆਪਸ਼ਨ ਦਿੱਤੇ ਹੋਏ ਨੇ ਪੱਤਝੜ ਗਰਮੀ ਸਰਦੀ ਮੌਨਸੂਨ ਤੁਸੀਂ ਦੇਖ ਸਕਦੇ ਹੋ ਇਸ ਦਾ ਰਾਈਟ ਆਨਸਰ ਹੋਵੇਗਾ ਮੌਨਸੂਨ ਜੋ ਸੌਣੀ ਜਿਹਾ ਫਸਲਾਂ ਨੇ ਮੌਨਸੂਨ ਦੇ ਮੌਸਮ ਵਿੱਚ ਬੀਜਿਆ ਜਾਂਦੇ ਹਨ ਅਗਲਾ ਕੁਐਸਚਨ ਹੈ ਹਾਰੀ ਫਸਲਾਂ ਡੈਸ਼ ਦੇ ਮੌਸਮ ਵਿੱਚ ਬੀਜਿਆ ਜਾਂਦੀਆਂ ਹਨ ਇਸ ਦਾ ਰਾਈਟ ਆਨਸਰ ਹੋਵੇਗਾ ਜੋ ਹਾਰਦੀਆਂ ਫਸਲਾਂ ਹਨ ਸਰਦੀ ਦੇ ਮੌਸਮ ਵਿੱਚ ਬੀਜੀਆਂ ਜਾਂਦੀਆਂ ਹਨ ਕੁਐਸਚਨ ਨੰਬਰ 3 ਇਹਨਾਂ ਵਿੱਚੋਂ ਕਿਹੜੀ ਇੱਕ ਸੌਣੀ ਦੀ ਫਸਲ ਨਹੀਂ ਹੈ ਝੋਨਾ ਮੱਕੀ ਕਪਾਹ ਸਰੋਂ ਇਹ ਚਾਰ ਆਪਸ਼ਨ ਦਿੱਤੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਇਹਨਾਂ ਵਿੱਚੋਂ ਕਿਹੜੀ ਇੱਕ ਸੌਣੀ ਦੀ ਫਸਲ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਸਰੋਂ ਸਰੋਂ ਇੱਕ ਸੌਣੀ ਦੀ ਫਸਲ ਨਹੀਂ ਹੈ ਕੁਐਸਚਨ ਨੰਬਰ 4 ਇਹਨਾਂ ਵਿੱਚੋਂ ਕਿਹੜੀ ਖਾਰੀ ਦੀ ਫਸਲ ਨਹੀਂ ਹੈ ਝੋਨਾ ਮੱਕੀ ਕਪਾਹ ਸਰੋਂ ਇਸ ਦਾ ਰਾਈਟ ਆਨਸਰ ਹੋਵੇਗਾ ਝੋਨਾ ਝੋਨਾ ਇੱਕ ਹਾੜੀ ਦੀ ਫਸਲ ਨਹੀਂ ਹੈ ਅਗਲਾ ਕੁਐਸਚਨ ਹੈ ਖੇਤੀਬਾੜੀ ਪ੍ਰਕਿਰਿਆਵਾਂ ਵਿੱਚ ਇਹਨਾਂ ਵਿੱਚੋਂ ਕਿਹੜਾ ਸਹੀ ਕਰਮ ਹੈ ਤਾਂ ਇਹਨਾਂ ਵਿੱਚੋਂ ਸਹੀ ਢੰਗ ਲਿਖਣਾ ਕਿਹੜੇ ਢੰਗ ਨਾਲ ਆਪਾਂ ਖੇਤੀ ਕਰਦੇ ਹਾਂ ਇਹਨਾਂ ਵਿੱਚੋਂ ਸਹੀ ਆਨਸਰ ਵੇਖਣਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਇਸ ਦਾ ਰਾਈਟ ਆਨਸਰ ਹੋਵੇਗਾ ਬੀ ਮਿੱਟੀ ਤਿਆਰੀ ਕਰਦੇ ਹਾਂ ਫਿਰ ਬਿਜਾਈ ਫਿਰ ਸਿੰਚਾਈ ਫਿਰ ਫਾਲਤੂਗਾ ਫਿਰ ਬਾਡੀ ਕੁਐਸਚਨ ਨੰਬਰ 6 ਖਾਦਾਂ ਵਿੱਚ ਐਨਪੀਕੇ ਦਾ ਕੀ ਅਰਥ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਏ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਕੁਐਸਚਨ ਨੰਬਰ 7 ਇਹਨਾਂ ਵਿੱਚੋਂ ਕਿਹੜੀ ਖਾਦ ਨਹੀਂ ਹੈ नाइट्रोजन सल्फेट पोटैश अमोनियम सुपर फास्फेट ਇਹ ਚਾਰ ਆਪਸ਼ਨ ਦਿੱਤੇ ਹੋਏ ਨੇ ਇਸ ਦਾ ਸਹੀ ਆਨਸਰ ਹੋਵੇਗਾ ਨਾਈਟ੍ਰੋਜਨ ਸल्फेट ਇਹ ਇੱਕ ਖਾਦ ਨਹੀਂ ਹੈ ਇੱਕ ਅਨਾਜੀ ਫਸਲ ਨੂੰ ਪੱਕਣ ਲਈ ਕਿੰਨਾ ਸਮਾਂ ਲੱਗਦਾ ਹੈ ਤਾਂ ਇਹਨਾਂ ਨੇ ਚਾਰ ਆਪਸ਼ਨ ਦਿੱਤੇ ਹੋਏ ਨੇ ਇਸ ਦਾ ਰਾਈਟ ਆਨਸਰ ਹੋਵੇਗਾ 3 ਤੋਂ 4 ਮਹੀਨੇ ਇੱਕ ਅਨਾਜੀ ਫਸਲ ਨੂੰ ਪੱਕਣ ਲਈ 3 ਤੋਂ 4 ਮਹੀਨੇ ਦਾ ਸਮਾਂ ਲੱਗਦਾ ਹੈ। ਅਗਲਾ ਕੁਐਸਚਨ ਹੈ ਤੰਗਲੀ ਡੈਸ਼ ਦੀ ਪ੍ਰਕਿਰਿਆ ਹੈ। ਤੰਗਲੀ ਕਿਸ ਕੰਮ ਲਈ ਵਰਤੀ ਜਾਂਦੀ ਹੈ? ਇਹ ਵੀ ਕਹਿ ਸਕਦੇ ਹਾਂ। ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਤੂੜੀ ਤੋਂ ਅਨਾਜ ਨੂੰ ਅਲੱਗ ਕਰਨ ਲਈ। ਆਨਸਰ ਡੀ। ਨੈਕਸਟ ਕੁਐਸਚਨ ਹੈ ਹੇਠ ਲਿਖੇ ਕਥਨ ਪੜੋ ਅਤੇ ਸਹੀ ਕਥਨ ਨੂੰ ਚੁਣੋ। ਦੇਸ਼ ਦੇ ਉੱਤਰੀ ਅਤੇ ਅੰਦਰੂਨੀ ਹਿੱਸਿਆਂ ਵਿੱਚ ਤਿੰਨ ਮੁੱਖ ਫਸਲੀ ਮੌਸਮ ਹਨ ਸੌਣੀ, ਹਾੜੀ ਅਤੇ ਜੈਦ। ਅਗਲਾ ਕਥਨ ਸੌਣੀ ਮੌਸਮ ਜ਼ਿਆਦਾਤਰ ਦੱਖਣ ਪੱਛਮੀ ਮੌਨਸੂਨ ਨਾਲ ਮੇਲ ਖਾਂਦਾ ਹੈ ਤਾਂ ਇਸ ਦੇ ਚਾਰ ਆਨਸਰ ਦਿੱਤੇ ਹੋਏ ਨੇ A B C ਅਤੇ D ਇਸ ਦਾ ਰਾਈਟ ਆਨਸਰ ਹੋਵੇਗਾ C ਯਾਨੀ ਕਿ ਦੋਵੇਂ ਇਹ ਦੋਵੇਂ ਕਥਨ ਬਿਲਕੁਲ ਸਹੀ ਹਨ ਨੈਕਸਟ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜੀ ਹੜੀ ਦੀ ਫਸਲ ਨਹੀਂ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਕਣਕ ਸਰੋਂ ਜੋ ਕਪਾ ਇਸ ਦਾ ਰਾਈਟ ਆਨਸਰ ਹੋਵੇਗਾ ਕਪਾਕ ਕਪਾ ਇੱਕ ਹਾੜੀ ਦੀ ਫਸਲ ਨਹੀਂ ਹੈ। ਨੈਕਸਟ ਕੁਐਸਚਨ ਹੈ ਹੇਠ ਲਿਖੇ ਫਸਲੀ ਮੌਸਮਾਂ ਨੂੰ ਉਹਨਾਂ ਨਾਲ ਸੰਬੰਧਿਤ ਮਹੀਨਿਆਂ ਨਾਲ ਮਿਲਾਓ। ਤਾਂ ਸੌਣੀ ਅਕਤੂਬਰ-ਮਾਰਚ ਹਾੜੀ ਅਪ੍ਰੈਲ-ਜੂਨ ਜੈਦ ਜੂਨ-ਸਤੰਬਰ ਇਹਨਾਂ ਨੇ ਦਿੱਤਾ ਹੋਇਆ ਇਹਨਾਂ ਵਿੱਚੋਂ ਸਹੀ ਮਿਲਾਨ ਕਰਨਾ ਹੈ। ਇਸ ਦਾ ਰਾਈਟ ਆਨਸਰ ਹੋਵੇਗਾ ਸੀ। ਕਿਉਂਕਿ ਸੌਣੀ ਦੀ ਫਸਲ ਜੂਨ ਤੇ ਸਤੰਬਰ ਵਿੱਚ ਬੀਜੀ ਜਾਂਦੀ ਹੈ। ਹਾੜੀ ਦੀ ਫਸਲ ਅਕਤੂਬਰ-ਮਾਰਚ ਵਿੱਚ ਅਤੇ ਜੈਦ ਦੀ ਫਸਲ ਅਪ੍ਰੈਲ ਤੇ ਜੂਨ ਵਿੱਚ ਬੀਜੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਮੀਂਹ ਦੇ ਮੌਸਮ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਨੂੰ ਕੀ ਕਹਿੰਦੇ ਹਨ? ਇਸ ਦਾ ਰਾਈਟ ਆਨਸਰ ਹੋਵੇਗਾ ਸੌਣੀ ਦੀ ਫਸਲ। ਮੀਂਹ ਦੇ ਮੌਸਮ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਨੂੰ ਸੌਣੀ ਦੀ ਫਸਲ ਕਹਿੰਦੇ ਹਨ, ਯਾਨੀ ਕਿ ਡੀ। ਅਗਲਾ ਕੁਐਸਚਨ ਹੈ ਹਾਰਦੀ ਦੀਆਂ ਫਸਲਾਂ ਡੈਸ਼ ਮੌਸਮ ਵਿੱਚ ਉਗਾਈ ਜਾਂਦੀਆਂ ਹਨ? ਇਸ ਦਾ ਰਾਈਟ ਆਨਸਰ ਹੋਵੇਗਾ ਸਰਦੀ ਹਾਰਦੀਆਂ ਫਸਲਾਂ ਸਰਦੀ ਦੇ ਮੌਸਮ ਵਿੱਚ ਉਗਾਈਆਂ ਜਾਂਦੀਆਂ ਹਨ ਨੈਕਸਟ ਕੁਐਸਚਨ ਹੇਠ ਲਿਖੀਆਂ ਫਸਲਾਂ ਵਿੱਚੋਂ ਕਿਸ ਨੂੰ ਸਵਰਨ ਰੇਸ਼ੇ ਕਿਹਾ ਜਾਂਦਾ ਹੈ ਹੇਠ ਲਿਖੀਆਂ ਫਸਲਾਂ ਵਿੱਚੋਂ ਕਿਸ ਨੂੰ ਸਵਰਨ ਰੇਸ਼ੇ ਕਿਹਾ ਜਾਂਦਾ ਹੈ ਤੈਸਾ ਸਹੀ ਆਨਸਰ ਹੋਵੇਗਾ ਪਾਟਸਨ ਪਾਟਸਨ ਨੂੰ ਸਵਰਨ ਰੇਸ਼ੇ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜਾ ਇੱਕ ਪੌਦਾ ਬਾਜਰਾ ਨਹੀਂ ਹੈ ਜਵਾਰ ਮੱਕੀ ਰਾਗੀ ਬਾਜਰਾ ਤਾਂ ਇਹਦਾ ਸਹੀ ਆਨਸਰ ਹੋਵੇਗਾ ਮੱਕੀ ਕਣਕ ਕੀ ਹੈ ਨੈਕਸਟ ਕੁਐਸਚਨ ਹੈ ਕਣਕ ਕੀ ਹੈ ਇੱਕ ਨਕਦੀ ਫਸਲ ਹੈ ਇੱਕ ਅਨਾਜੀ ਫਸਲ ਹੈ ਇੱਕ ਟੱਕੀ ਹੋਈ ਫਸਲ ਹੈ ਜਾਂ ਇਹਨਾਂ ਵਿੱਚ ਕੋਈ ਵੀ ਨਹੀਂ ਤਾਂ ਇਹਦਾ ਸਹੀ ਆਨਸਰ ਹੋਵੇਗਾ ਬੀ ਕਿਉਂਕਿ ਇੱਕ ਅਨਾਜੀ ਫਸਲ ਹੈ ਕਵੈਸਚਨ ਨੰਬਰ 18 ਇਹਨਾਂ ਵਿੱਚੋਂ ਕਿਹੜੀ ਫਸਲ ਦੂਜੀਆਂ ਫਸਲਾਂ ਨਾਲ ਚੱਕਰ ਨਾਲ ਨਹੀਂ ਉਗਾਈ ਜਾਂਦੀ ਅਰਹਰ ਮੂੰਗ ਸੂਰਜਮੁਖੀ ਮੂੰਗਫਲੀ ਚਾਰ ਆਪਸ਼ਨ ਦਿੱਤੇ ਹੋਏ ਨੇ ਤਾਂ ਇਸ ਦਾ ਸਹੀ ਆਨਸਰ ਹੈ ਮੂੰਗ ਯਾਨੀ ਕਿ ਮੂੰਗੀ ਦਾਲ ਕਵੈਸਚਨ ਨੰਬਰ 19 ਇਹਨਾਂ ਵਿੱਚੋਂ ਕਿਹੜੀ ਇੱਕ ਸੌਣੀ ਫਸਲ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਬਾਜਰਾ ਕਣਕ ਸਰੋਂ ਅਤੇ ਜੋ ਸਭ ਤੋਂ ਰਾਈਟ ਆਨਸਰ ਹੈ ਏ ਜਨ ਕੇ ਬਾਜਰਾ ਬਾਜਰਾ ਇੱਕ ਸੌਣੀ ਦੀ ਫਸਲ ਹੈ ਕੁਐਸਚਨ ਨੰਬਰ 2 ਬੀ ਇਹਨਾਂ ਵਿੱਚੋਂ ਕਿਹੜੀ ਇੱਕ ਹਾੜੀ ਦੀ ਫਸਲ ਹੈ ਚਾਵਲ ਜਵਾਰ ਕਪਾਹ ਤੇ ਮਟਰ ਤਾਂ ਇਹ ਸ ਰਾਈਟ ਆਨਸਰ ਹੋਵੇਗਾ ਮਟਰ ਮਟਰ ਇੱਕ ਹਾੜੀ ਦੀ ਫਸਲ ਹੈ ਕੁਐਸਚਨ ਨੰਬਰ 21 ਇਹਨਾਂ ਵਿੱਚੋਂ ਕਿਹੜੀ ਇੱਕ ਜ਼ਾਇਦ ਫਸਲ ਹੈ ਤਰਬੂਜ ਖਰਬੂਜਾ ਖੀਰਾ ਜਾਂ ਉਪਰੋਕਤ ਸਾਰੇ ਦਾ ਇਸ ਦਾ ਰਾਈਟ ਆਨਸਰ ਹੋਵੇਗਾ ਡੀ ਯਾਨੀ ਕਿ ਸਾਰੇ ਤਰਬੂਜ ਖਰਬੂਜਾ ਖੀਰਾ ਇਹ ਇੱਕ ਜੈਦ ਦੀ ਫਸਲ ਹਨ ਦੋਸਤੋ ਇਹ ਜੋ ਸਾਰੇ ਕੁਐਸਚਨ ਆਨਸਰ ਕਰਵਾਏ ਹਨ ਇਹ ਐਗਰੀਕਲਚਰ ਨਾਲ ਰਿਲੇਟਡ ਹਨ ਸੋ ਕਮੈਂਟ ਵਿੱਚ ਜਰੂਰ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਅਤੇ ਨੈਕਸਟ ਵੀਡੀਓ ਲਈ ਸਾਡੇ ਚੈਨਲ ਨਾਲ ਬਨੇ ਰਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ